सत श्री अकाल, तुसीं देख रहे हो द पंजाब टीवी। तो मैं हाँ जज सिंह चाहल। अज दे पंजाबी प्राइम टाइम दे विच तुहाडा सारयां दा बहुत बहुत स्वागत है। पंजाबी प्राइम टाइम दे विच गल करांगे किसानां दी संसद दी, जिहड़ी कि अज वरदे मींह दे विच वी मोदी सरकार ते वरदी रही है। विरोधी पार्टियां दे वल्लों संसद दे विच किसानी मुद्दे ते रज के हंगामा कीता जा रहा है। किसानां दा कर्जा माफ करन तों मोदी सरकार दे वल्लों कोरी ना कर दित्ती गई है। पीएम मोदी दे खिलाफ अगलियां चोणां दे विच नवां फ्रंट बनाउण दी जिम्मेवारी ममता बैनर्जी दे वल्लों लै लई गई है। पंजाब कांग्रेस दा कलेश मुकदा दिखाई नहीं दिंदा। इह कैप्टन दे मंत्री दे खिलाफ सीबीआई दी जांच शुरू हो चुकी है। खबर आम आदमी पार्टी नाल वी संबंधित सामने आई है, तुहानू सारी जानकारी दिंदे आ। पर सब तों पहलां शुरुआत करदे आ किसानां दी संसद तों। मानसून सैशन पार्लीमेंट दा चल रिहा है, पर किसानां दे वल्लों रोजाना पद्धर ते अपनी संसद वी लाई जा रही है। बुधवार ਨੂੰ ਵੀ ਕਿਸਾਨਾਂ ਦੇ ਵੱਲੋਂ ਸੰਸਦ ਲਈ ਗਈ, ਪਰ ਬੁੱਧਵਾਰ ਸਵੇਰ ਤੋਂ ਹੀ ਦਿੱਲੀ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਸੀ, ਸੌਣ ਦੀ ਝੜੀ ਲੱਗੀ ਹੋਈ ਸੀ ਅਤੇ ਇਸ ਦੇ ਵਿਚਾਲੇ ਕਿਸਾਨਾਂ ਦੇ ਵੱਲੋਂ ਆਪਣੇ ਕਾਫਿਲੇ ਜੰਤਰ ਮੰਤਰ ਵੱਲ ਨੂੰ ਕੂਚ ਕੀਤੇ ਗਏ ਅਤੇ ਵਰਦੇ ਮੀਂਹ ਵਿੱਚ ਜਾ ਕੇ ਉੱਥੇ ਕਿਸਾਨਾਂ ਦੇ ਵੱਲੋਂ ਆਪਣੀ ਸੰਸਦ ਸ਼ੁਰੂ ਕਰ ਦਿੱਤੀ ਗਈ। ਰਾਸ਼ਟਰੀ ਗੀਤ ਤੋਂ ਬਾਅਦ ਇਹ ਸੰਸਦ ਸ਼ੁਰੂ ਕੀਤੀ ਜਾਂਦੀ ਹੈ ਅਤੇ ਅੱਜ ਇੱਕ ਸਪੀਕਰ ਬਣਾਇਆ ਗਿਆ, ਬਿਹਾਰ ਤੋਂ ਡਿਪਟੀ ਸਪੀਕਰ ਬਣਾਇਆ ਗਿਆ ਪੰਜਾਬ ਤੋਂ, ਅਤੇ 200 ਕਿਸਾਨਾਂ ਨੂੰ ਜਿਵੇਂ ਰੋਜ਼ਾਨਾ ਪੱਧਰ ਤੇ ਬਣਾਇਆ ਜਾਂਦਾ ਹੈ ਉਹਨਾਂ ਨੂੰ ਮੈਂਬਰ ਆਫ ਪਾਰਲੀਮੈਂਟ ਬਣਾਇਆ ਗਿਆ। ਅੱਜ ਚਰਚਾ ਦਾ ਮੁੱਦਾ ਕਿਸਾਨਾਂ ਦੀ ਸੰਸਦ ਦੇ ਵਿੱਚ ਕੰਟਰੈਕਟ ਫਾਰਮਿੰਗ ਸੀ, ਠੇਕੇ ਤੇ ਖੇਤੀ ਅੱਜ ਦਾ ਮੁੱਦਾ ਸੀ, ਜਿਹੜਾ ਕਿ ਖੇਤੀ ਕਾਨੂੰਨਾਂ ਦੇ ਵਿੱਚ ਦਰਜ ਹੈ। ਉਸ ਦੀ ਛਿੱਲ ਲਾਉਣ ਦਾ ਕੰਮ ਅੱਜ ਕਿਸਾਨ ਸੰਸਦ ਮੈਂਬਰਾਂ ਦੇ ਵੱਲੋਂ ਕੀਤਾ ਗਿਆ ਹੈ, ਪਰ ਮੀਂਹ ਦੇ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਇੱਥੇ ਕਿਸਾਨਾਂ ਨੂੰ ਕਰਨਾ ਪਿਆ ਹੈ। ਜਿੱਥੇ ਮੀਂਹ ਪੈਣ ਤੋਂ ਬਾਅਦ ਪਾਣੀ ਖੜਾ ਸੀ ਉੱਥੇ ਹੀ ਕਿਸਾਨਾਂ ਦੇ ਵੱਲੋਂ ਆਪਣੀ ਸੰਸਦ ਲਾਈ ਗਈ। ਵੈਸੇ ਲੰਗਰ ਜਦੋਂ ਲੰਚ ਬ੍ਰੇਕ ਹੁੰਦੀ ਹੈ ਉਦੋਂ ਲੰਗਰ ਜ਼ਮੀਨ ਤੇ ਬੈਠ ਕੇ ਛਕਿਆ ਜਾਂਦਾ ਹੈ, ਪਰ ਜ਼ਮੀਨ ਗਿੱਲੀ ਹੋਣ ਦੇ ਕਰਕੇ ਅੱਜ ਕੁਰਸੀਆਂ ਤੇ ਬੈਠ ਕੇ ਹੀ ਇਹਨਾਂ ਕਿਸਾਨ ਸੰਸਦ ਮੈਂਬਰਾਂ ਦੇ ਵੱਲੋਂ ਲੰਚ ਵੀ ਕੀਤਾ ਗਿਆ ਹੈ। ਇਸ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਦਿਖਾਈ ਦਿੰਦੇ ਨੇ। ਗੱਲ ਕਰੀਏ ਕਿਸਾਨ ਆਗੂ ਰਕੇਸ਼ ਟਕੈਤ ਦੀ, ਤਾਂ ਉਹਨਾਂ ਦੇ ਵੱਲੋਂ ਅੱਜ ਕੇਂਦਰ ਸਰਕਾਰ ਨੂੰ ਡਰਾਉਣ ਵਾਲਾ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਉਹ ਕਹਿੰਦੇ ਨੇ ਕਿ 15 ਅਗਸਤ ਨੂੰ ਆਜ਼ਾਦੀ ਦਿਵਸ ਤੇ ਕਿਸਾਨਾਂ ਦੇ ਵੱਲੋਂ ਦਿੱਲੀ ਦੇ ਅੰਦਰ ਰਾਸ਼ਟਰੀ ਝੰਡਾ ਫਹਿਰਾਇਆ ਜਾਏਗਾ, ਲਹਿਰਾਇਆ ਜਾਵੇਗਾ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਮੁਸਤੈਦ ਹੁੰਦੀਆਂ ਦਿਖਾਈ ਦਿੰਦੀਆਂ ਨੇ। ਮੋਦੀ ਸਰਕਾਰ ਦੇ ਸਰਕਾਰੀ ਮੀਡੀਆ ਦੇ ਵੱਲੋਂ ਵੀ ਹੁਣ ਕਿਸਾਨਾਂ ਨੂੰ ਟਾਰਗੇਟ ਕੀਤਾ ਜਾਣ ਲੱਗ ਪਿਆ ਹੈ। ਸਰਕਾਰੀ ਮੀਡੀਆ ਕਹਿੰਦਾ ਹੈ ਕਿ 26 ਜਨਵਰੀ ਦਾ ਤਾਂਡਵ ਤਾਂ ਅਸੀਂ ਵੇਖ ਚੁੱਕੇ ਹਾਂ, ਹੁਣ 15 ਅਗਸਤ ਦਾ ਤਾਂਡਵ ਦਿਖਾਉਣ ਦੀ ਤਿਆਰੀ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਉਧਰ ਰਕੇਸ਼ ਟਕੈਤ ਕਹਿੰਦੇ ਨੇ ਕਿ ਸਾਨੂੰ ਸਿਰਫ 5 ਗਜ਼ ਜ਼ਮੀਨ ਹੀ ਆਪਣੀ ਦੇਸ਼ ਦੀ ਰਾਜਧਾਨੀ ਦੇ ਵਿੱਚ ਚਾਹੀਦੀ ਹੈ, ਅਸੀਂ ਸਿਰਫ ਝੰਡਾ ਲਹਿਰਾ ਕੇ ਵਾਪਸ ਮੁੜ ਜਾਣਾ ਹੈ, ਪਰ ਦਿੱਲੀ ਦੇ ਵਿੱਚ ਝੰਡਾ ਜ਼ਰੂਰ ਲਹਿਰਾਵਾਂਗੇ, ਭਾਵੇਂ ਸਾਨੂੰ ਹਵਾਈ ਰਸਤੇ ਤੋਂ ਹੀ ਦਿੱਲੀ ਦੇ ਵਿੱਚ ਪ੍ਰਵੇਸ਼ ਕਿਉਂ ਨਾ ਕਰਨਾ ਪਵੇ। ਅਜਿਹੀ ਬਿਆਨਬਾਜ਼ੀ ਕਰਕੇ ਰਕੇਸ਼ ਟਕੈਤ ਦੇ ਵੱਲੋਂ ਕੇਂਦਰ ਸਰਕਾਰ ਨੂੰ ਲਗਾਤਾਰ ਡਰਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਪਰ ਜੇਕਰ ਗੱਲ ਕੀਤੀ ਜਾਵੇ ਕਿਸਾਨਾਂ ਦੀ ਸੰਸਦ ਦੀ, ਤਾਂ ਉਹਨਾਂ ਦੇ ਵੱਲੋਂ ਬੜੇ ਵਧੀਆ ਤਰੀਕੇ ਨਾਲ ਖੇਤੀ ਕਾਨੂੰਨਾਂ ਤੇ ਵਿਚਾਰ ਚਰਚਾ ਕਰਕੇ ਸੰਸਦ ਮੈਂਬਰਾਂ ਵਾਲੀ ਪਾਰਲੀਮੈਂਟ ਨੂੰ ਚੈਲੰਜ ਵੀ ਕੀਤਾ ਜਾ ਰਿਹਾ ਹੈ ਕਿ ਤੁਸੀਂ ਦੇਖ ਲਓ ਕਿਸੇ ਮੁੱਦੇ ਤੇ ਚੰਗੇ ਤਰੀਕੇ ਨਾਲ ਵਿਚਾਰ ਚਰਚਾ ਨਹੀਂ ਕਰਦੇ, ਤੁਹਾਨੂੰ ਸਾਡੇ ਕੋਲੋਂ ਹੀ ਸਿੱਖ ਲੈਣਾ ਚਾਹੀਦਾ ਹੈ ਕਿ ਆਖਰ ਸੰਸਦ ਚਲਾਈ ਕਿਵੇਂ ਜਾਂਦੀ ਹੈ। ਇਸ ਤਰ੍ਹਾਂ ਕਿਸਾਨ ਪਾਰਲੀਮੈਂਟ ਦੇ ਮੈਂਬਰ ਆਫ ਪਾਰਲੀਮੈਂਟਸ ਨੂੰ ਸਿੱਧੇ ਤੌਰ ਤੇ ਚੈਲੰਜ ਕਰਦੇ ਦਿਖਾਈ ਦਿੰਦੇ ਨੇ। ਅੱਗੇ ਵੱਧਦੇ ਆ, ਗੱਲ ਚੁਣੇ ਹੋਏ ਨੁਮਾਇੰਦਿਆਂ ਦੀ ਪਾਰਲੀਮੈਂਟ ਦੀ ਕਰ ਲੈਂਦੇ ਆ। ਉੱਥੇ ਲਗਾਤਾਰ ਹੰਗਾਮਾ ਹੁੰਦਾ ਦਿਖਾਈ ਦਿੰਦਾ ਹੈ। ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਦੇ ਵੱਲੋਂ ਆਪੋ ਆਪਣੇ ਤਰੀਕਿਆਂ ਨਾਲ ਵਿਰੋਧ ਜਤਾਇਆ ਜਾ ਰਿਹਾ ਹੈ। ਗੱਲ ਕਰੀਏ ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਦੀ, ਤਾਂ ਬੀਤੀ ਰਾਤ ਗੁਰਜੀਤ ਸਿੰਘ ਔਜਲਾ ਅਤੇ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਪਾਰਲੀਮੈਂਟ ਦੇ ਵਿੱਚ ਹੀ ਕੱਟੀ ਗਈ ਹੈ। ਉੱਥੇ ਜ਼ਮੀਨ ਤੇ ਸੌਂ ਕੇ ਹੀ ਇਹਨਾਂ ਦੋਨਾਂ ਸੰਸਦ ਮੈਂਬਰਾਂ ਨੇ ਰਾਤ ਕੱਟੀ ਹੈ। ਰਵਨੀਤ ਬਿੱਟੂ ਕਹਿੰਦੇ ਨੇ ਕਿ ਸਾਡਾ ਤਾਂ ਗਲਾ ਵੀ ਦੁਖਣ ਲੱਗ ਪਿਆ ਹੈ, ਜਦੋਂ ਦੀ ਸੰਸਦ ਸ਼ੁਰੂ ਹੋਈ ਹੈ ਰੋਜ਼ ਹੀ ਰੌਲਾ ਪਾਈ ਜਾਂਦੇ ਹਾਂ, ਮੋਦੀ ਸਰਕਾਰ ਤਾਂ ਮੰਨਦੀ ਨਹੀਂ ਹੈ, ਅਸੀਂ ਅੱਕ ਗਏ ਹਾਂ, ਇਸ ਕਰਕੇ ਇਸ ਤੋਂ ਵੀ ਜ਼ਿਆਦਾ ਤਿੱਖੇ ਹੁਣ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਬੀਤੀ ਰਾਤ ਸੰਸਦ ਭਵਨ ਦੇ ਵਿੱਚ ਹੀ ਸੌਂ ਕੇ ਲੰਘਾਈ ਅਤੇ ਅਗਲੇ ਦਿਨ
परचे पाड़ के स्पीकर दे मुंह ते मार दिते गए गुरजीत सिंह औजला रवनीत सिंह बिट्टू अते होर विरोधी पार्टियां दे संसद मैंबरां दे वल्लों। जिस तों बाद हुण खबरां सामने आउण लग पईआं ने कि स्पीकर दे वल्लों इन्हां संसद मैंबरां दे खिलाफ कोई अनुशासनी कार्रवाई भी कीती जा सकती है। इस तों पहलां तृणमूल कांग्रेस दे मैंबर आफ पार्लीमेंट नूं सस्पेंड स्पीकर दे वल्लों कीता जा चुका है। उसने भी परचे पाड़ के स्पीकर दे मुंह ते मारे सन अते हुण रवनीत सिंह बिट्टू गुरजीत सिंह औजला समेत होर भी संसद मैंबरां दे वल्लों अजिहा ही काम कर दिता गया। जिस तों बाद हुण चर्चा चल पई है कि शायद छेती ही उन्हां ते अनुशासनी कार्रवाई करके लोक सभा तों इन्हां संसद मैंबरां नूं सस्पेंड भी कीता जा सकदा है। श्रोमणी अकाली दल की गल करिए तां सुखबीर सिंह बादल हरसिमरत कौर बादल अपने साथी संसद मैंबरां दे नाल रोज़ संसद दे बाहर गेट दे बाहर रोज़ प्रदर्शन करदे ने अते केंद्र सरकार दे खिलाफ नारेबाजी भी इन्हां एमपीज़ दे वल्लों कीती जांदी है। मंग लगातार की जा रही है कि संसद दे विच खेती कानूनां ते चर्चा की जानी चाहिए है। जेकर गल करिए बाकी विरोधी पार्टियां दी तां अज दिल्ली दे विच 14 विरोधी पार्टियां दी बैठक हुई है जिसकी प्रधानगी अगवाई राहुल गांधी दे वल्लों की गई है। इस दे विच दो मुद्दियां ते केंद्र सरकार नूं घेरन दी योजना इन्हां विरोधी पार्टियां दे वल्लों बनाई गई है। बैठक तो बाद राहुल गांधी ने ऐलान किया कि एक तो पैक्सिस जसूसी कांड ते केंद्र सरकार नूं घेरिया जाएगा अते दूजा किसानी अंदोलन दे मुद्दे ते भी सारियां विरोधी पार्टियां एकजुट ने अते केंद्र सरकार नूं असीं सदन दे अंदर अते बाहर घेरन दा काम करांगे। इस तरह देश दीआं वड्डीआं वड्डीआं विरोधी पार्टियां इस वेले मोदी सरकार दे खिलाफ रणनीति बणाउंदीआं दिखाई दिंदीआं ने। गल करिए पंजाब कांग्रेस दे एक होर संसद मैंबर मनीष तिवाड़ी दी तां उन्हां दे वल्लों अज पार्लीमेंट दे विच कम रोकू मता पेश कीता गया है पर किसानी मुद्दे ते नहीं सगों जसूसी कांड दे मुद्दे ते मनीष तिवाड़ी दे वल्लों कम रोकू मता अज पार्लीमेंट दे विच दिता गया है। भगवंत मान ने लगातार जदों तो संसद चली है अज फिर कम रोकू मता दे दिता है अते किसानी अंदोलन दे मुद्दे ते इह कम रोकू मता एक बार फिर तो भगवंत मान दे वल्लों दिता गया है पर इन्हां सारे लोकां दी मोदी सरकार दे वल्लों सुनवाई नहीं की जा रही है। मोदी सरकार कहती है कि हुण इस मुद्दे ते गल करन नूं रह की गया है, चर्चा हो चुकी है, असीं अपना पक्ष दस चुके हाँ, विरोधी पार्टियां अपना पक्ष दस चुकियां ने, किसान अपना पक्ष दस चुके ने अते इहदे विच चर्चा करन नूं हुण कुछ भी नहीं रह गया। इस करके ही जदों तो संसद चली है लगातार हंगामे की भेंट संसद के दोने सदन चढ़ते दिखाई देंदे ने। अगली खबर दे वल वधदे हां, गल मोदी सरकार दी ही कर लैने आ। भारत दे किसानां ते बहुत वड्डा कर्जा है, लखां करोड़ रुपए का कर्जा है नबार्ड दे वल्लों। नैशनल बैंक फॉर एग्रीकल्चर एंड रूरल डिवेलपमेंट दे वल्लों एक रिपोर्ट जारी की गई है, अंकड़ा जारी किया गया है जिस दे विच देश दे किसानां दे सिर ते 16,80,366 करोड़ का कर्जा है, भाव 17 लाख करोड़ के करीब पूरे भारत के किसानां ते कर्जा है। पर अज पार्लीमेंट दे विच केंद्र सरकार दे वल्लों सीधे तौर पर इस गल तो कोरी ना कर दी गई है कि केंद्र सरकार इन्हां किसानां दा कर्जा माफ करन दी कोई भी योजना बना रही है। सौखी भाषा दे विच दसीए तां केंद्र सरकार कहिंदी है कि असीं किसानां दा इह कर्जा माफ नहीं करना, ना कर दिती है केंद्र सरकार ने कि साढ़े कोल अजिही कोई भी योजना नहीं है जिस दे तहत इन्हां किसानां दा कर्जा मुआफ कीता जा सके। जेकर उन्हां सूबियां दी गल करिए जिन्हां दे उत्ते सब तों ज़्यादा जिन्हां दे किसानां ते सब तों ज़्यादा कर्जा है तां उन्हां दे विच तमिलनाडु पहले नंबर ते आउंदा है। तमिलनाडु दे किसानां दे सिर ते 1,99,623 करोड़ रुपए का कर्जा है। आंध्र प्रदेश दे किसानां दे सिर ते दूजे नंबर ते आउंदा है आंध्र प्रदेश, उत्थे 1,69,322 करोड़ रुपए का कर्जा किसानों के सिर पर है। तीजे नंबर पर उत्तर प्रदेश आता है, उत्थे करीब 1.5 लाख करोड़ रुपया किसानों के सिर पर कर्जा है। पंजाब की गल करिए खबरों के मुताबिक पंजाब के किसानों के सिर पर लगभग 90,000 करोड़ रुपए का कर्जा है जिहड़ा कि कैप्टन अमरिंदर सिंह ने कहा कि सारा ही माफ कर देंगे पर उस दे विच बुरी तरह नाकामयाब पंजाब सरकार होंदी दिखाई दिंदी है। पर मोदी सरकार ने तो सीधे पार्लीमेंट के
ਹੀ ਹੱਥ ਖੜੇ ਕਰ ਦਿੱਤੇ ਨੇ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਮੈਂ ਆਪਣਾ ਵਾਅਦਾ ਕੀਤਾ ਸੀ, ਉਸ ਨੂੰ ਕੁਝ ਕੁ ਨਿਭਾਲਿਆ ਏ ਅਤੇ ਕੁਝ ਕੁਝ ਬਚਿਆ ਏ, ਉਹ ਬਾਕੀ ਮੈਂ ਚੋਣਾਂ ਤੋਂ ਪਹਿਲਾਂ ਪੂਰਾ ਕਰ ਦਿਆਂਗਾ। ਮੋਦੀ ਸਰਕਾਰ ਕਹਿ ਰਹੀ ਹੈ ਅਸੀਂ ਨਹੀਂ ਕਰ ਸਕਦੇ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਮੈਂ ਕੁਝ ਕਰ ਦਿੱਤਾ ਏ ਅਤੇ ਕੁਝ ਇਹਨਾਂ 5 ਮਹੀਨਿਆਂ ਦੇ ਵਿੱਚ ਕਰ ਦਿਆਂਗਾ। ਪਰ ਕਿਸਾਨਾਂ ਦੀ ਕਰਜ਼ਾ ਮੁਆਫੀ ਦਾ ਮੁੱਦਾ ਪੂਰੇ ਭਾਰਤ ਦੇ ਵਿੱਚ ਹੁਣ ਗੂੰਜਦਾ ਦਿਖਾਈ ਦਿੰਦਾ ਹੈ ਅਤੇ ਮੋਦੀ ਸਰਕਾਰ ਇਸ ਤੋਂ ਟਾਲਾ ਵੱਟਦੀ ਦਿਖਾਈ ਦਿੰਦੀ ਹੈ। अगली खबर के वल वधदे आ, गल देश की सियासत की कर लैने आ। इस वेले भावें किन्ना भी विरोध केंद्र की सरकार का क्यों ना हो रहा होवे, पर प्रधानमंत्री नरेंद्र मोदी के कद का कोई भी विरोधी धिर का लीडर उन्होंने सामने आता दिखाई नहीं दिता है। इस करके ही हुण विरोधी पार्टियां दे वल्लों एक वड्डा फ्रंट तैयार करने की कोशिश की जा रही है अते इस दी जिम्मेवारी हुण पछमी बंगाल की मुख्यमंत्री ममता बनर्जी दे वल्लों अपने मोढ़ियां ते लै लई गई है। वह दिल्ली दौरे ते आए हुए ने अते लगातार विरोधी पार्टियां दे लीडरां दे नाल मुलाकातां ममता बनर्जी दे वल्लों कीतियां जा रही ने। उन्होंने कांग्रेस प्रधान सोनिया गांधी दे नाल मुलाकात की है, लालू यादव दे नाल पहलां ही मिल चुके ने, शरद पवार दे नाल भी उन्होंने बैठक हो चुकी है ते हुण अरविंद केजरीवाल दे नाल भी ममता बनर्जी दे वल्लों मुलाकात की जानी है। ममता बनर्जी ने शरेआम ऐलान कर दिता है कि हुण एक वड्डा गठजोड़ बनाउणा बहुत जरूरी है, क्योंकि मोदी सरकार ने देश दे विच एमरजेंसी वर्गे हालात बना दिते ने। दो नारे दिते ने ममता बनर्जी ने। पहली गल तां उन्होंने यह कही है कि हुण पूरे देश दे विच खेला होवे दा नारा उन्होंने पछमी बंगाल दे विच दिता सी, भाव हुण खेड होएगी, वड्डी खेड होएगी। हुण ममता बनर्जी कह रहे हैं कि पूरे देश दे विच खेड होएगी, भाव भाजपा नूं धूल चटाउण दी तैयारी इत्थे ममता बनर्जी दे वल्लों पछमी बंगाल दे वांग ही कर ली गई है। दूजा नारा उन्होंने ये दिता है कि देश थक गया है, अच्छे दिनों का इंतजार करद्या करद्या हुण देश नूं असीं सच्चे दिन लिया के दिखावांगे। पीएम मोदी की सरकार नूं इत्थों चलदा करना बहुत जरूरी है जेकर देश नूं बचाउणा है। जदों उन्हां दे कोल पुछिया गया कि जिहड़ा गठजोड़ तुसीं बनाउण दीआं गल्लां कर रहे हो कि तुसीं उस दी अगवाई कर सकदे हो, तां उह कहिंदे ने कि कोई भी अगवाई करे मैनूं मंजूर है, पर सब तो पहला एक फ्रंट तैयार करना बहुत जरूरी है जिहड़ा कि जिन्नी छेती तैयार होएगा उन्ना ही भारत देश दे लोकतंत्र लई वधिया होवेगा। विरोधी पार्टियां दे लीडरां दे वल्लों भी ममता बनर्जी नूं इत्थे वधिया रिस्पोंस दिता जा रहा है। जिन्हां जिन्हां लीडरां दे नाल भी ममता बनर्जी ने मुलाकात की है सारे ही लीडर ने ममता बनर्जी के इस ऑफर का जो प्रपोजल वो लैके जा रहे हैं एक गठजोड़ बनाना चाहिए उसका खिड़े मथे स्वागत किया है। हुण वेखण वाली गल होएगी कि 2024 दीआं लोकसभा चोणां तो पहला पीएम मोदी के खिलाफ भाजपा के खिलाफ कोई वड्डा अते मजबूत गठजोड़ बन भी पाउंदा है जां फिर नहीं, क्योंकि हर बार जदों भी गठजोड़ बनने की गल आउंदी है तो हर एक पोलीटिकल पार्टी के वल्लों एक अपना ही प्रधानमंत्री का उम्मीदवार अगे कर दिता जाता है, जिस तों बाद गठजोड़ बनता बनता रह जाता है। पर इस बार जिम्मेवारी हुण ममता बनर्जी ने लई है कि वह कामयाब हो सकणगे, इस ते भी सब दीआं निगाहां बनिया रहणगीआं। अगे वधदे आ, गल पंजाब दी सियासत दी कर लैने आ। भावें कि नवजोत सिंह सिद्धू नूं कुर्सी दे दित्ती गई है, कैप्टन अमरिंदर सिंह भावें नहीं मन रहे सन, इस दे बावजूद हाई कमान ने सख्त फैसला लिया अते सिद्धू नूं पंजाब कांग्रेस दा प्रधान बना दिता। इस दे बावजूद कांग्रेस दा कलेश मुकदा दिखाई नहीं दिंदा है। 18 नुकाती एजेंडा हाई कमान दे वल्लों कैप्टन नूं दिता गया, उस दे विच्चों 5 पॉइंट चुन के नवजोत सिंह सिद्धू ने कैप्टन नूं चिट्ठी लिख दित्ती कि इह काम छेती तों छेती करो, जिन्हां दे विच बेअदबी नशा पीपीए जिहड़े पावर परचेज एग्रीमेंट सन ये सारे मुद्दे उन्होंने अपनी चिट्ठी दे विच गणवा दिते। कैप्टन ने सिद्धू नूं जवाब दिता कि सिद्धू ने जिहड़े भी मुद्दे इस चिट्ठी दे विच लिख के भेजे ने, कैप्टन अमरिंदर सिंह दी सरकार तां पहलां ही इन्हां ते बड़े वधिया तरीके नाल काम कर रही है अते छेती ही इन्हां मुद्दियां नूं सिरे भी ला दिता जाएगा। कैप्टन अमरिंदर सिंह ने सिद्धू की चिट्ठी का यह जवाब दे दिता। अज नवजोत सिंह सिद्धू हुण दिल्ली पहुँच गए ने अते खबरां दे मुताबिक मीडिया रिपोर्टां दे मुताबिक वो सोनिया गांधी दे नाल, राहुल गांधी दे नाल, प्रियंका गांधी दे नाल मुलाकात करके पंजाब दी हालात की ने इस वेले सियासत दे उसदा फीडबैक जाके दे सकदे ने। पर अंदरूनी सूत्रां दे मुताबिक मन्निया ये जा रहा है कि नवजोत सिंह सिद्धू कैप्टन अमरिंदर सिंह दी
शिकायत कर सकते हैं क्योंकि कैप्टन अमरिंदर सिंह जेकर कह रहे हैं कि मैं इन मुद्दों पर पहले ही काम कर रहा तो किहो जिहा काम हो रहा है वह सारे पंजाब के लोग भी जानते हैं नवजोत सिंह सिद्धू भी जानते हैं। इस करके मनिया जा रहा है कि एक तरीके असिधे तौर पर नवजोत सिंह सिद्धू कैप्टन अमरिंदर सिंह की शिकायत करने लिए पहुंचे ने। उधर दूजे पासे सुनील जाखड़ के वलों गुरमीत राणा सोढ़ी मंत्रीमंडल विचों कढ़ने की मंग लगातार की जा रही है तो होर भी कई कांग्रेस लीडर राणा सोढ़ी बर्खास्त करने की मंग हुण कर लग पए ने। होर एक MLA की गल करिए दर्शन सिंह बराड़ की जेकर गल करिए उन्होंने पुत्र गुरजंट सिंह बराड़ के स्टोन क्रशर जंगलात महकमे के वलों जब्त कर लिया गया है। मुकेरिया के स्टोन क्रशर चल रहा है दर्शन बराड़ MLA ने बाघा पुराणा तो कांग्रेसी विधायक ने नवजोत सिद्धू का खुल के उन्होंने समर्थन कर दिता सी। इतों तक कह दिता सी कि 4.5 साल तक कैप्टन सरकार सुती रही है हुण सिद्धू आया है तो सिद्धू ने कैप्टन सरकार नू जगा दिता है हुण आस है कि कोई काम हो सकता है। उस तो बाद हुण मकेरिया दे विच उन्हां दे पुत्र गुरजंट सिंह बराड़ दा स्टोन क्रशर चल रहा सी जंगलात महकमे दे वल्लों ए कह के स्टोन क्रशर जब्त कर लिया गया कि जंगलात महकमे दी जमीन नू व्यापारिक उद्देश दे लई वरतन दे लई गुरजंट सिंह बराड़ दे वल्लों इत्थे इजाजत नहीं ली गई है। इत्थों तक हुण ऑर्डर दे दिते गए ने कि उस जिहड़ा स्टोन क्रशर चल रहा सी उसकी बिजली भी कट दित्ती जानी चाहीदी है। गुरजंट सिंह बराड़ कहिंदे ने कि मेरे पिता ने नवजोत सिंह सिद्धू दा समर्थन कर दिता खुल के बयानबाजी सिद्धू दे पक्ष विच कीती उसे दी ही सजा उन्हां नूं मिल रही है पर विरोधी पार्टियां दे वल्लों सीधे तौर ते निशाना लाया जा रहा है सारिआं ते। वह कहिंदे ने कि पता कैप्टन अमरिंदर सिंह नूं हुण लगा है कि यह सारा कुछ गैर कानूनी चलता है सब पता है ये आपसी खहबाजी के करके हुण एक दूजे ते कारवाइयां कर रहे हैं जदके सारे ही लुट्टण ते लगे हुए ने आते जदों भी कोई किसी के खिलाफ बोलता है उस वेले ही क्यों कार्रवाई की जाती है। विरोधी पार्टियां दे वल्लों कैप्टन सरकार ते यह लगातार सवाल चुके जा रहे हैं। अगली खबर के वल वधदे हां एक होर मंत्री की गल कर लैने आ कांग्रेसी मंत्री साधु सिंह धर्मसौर ते इल्जाम लगे कि उन्होंने दलितों का वजीफा खा लिया है वजीफा घोटाला कर दिता है अते इल्जाम सरकारी अधिकारी दे वल्लों ही लाए गए किसी विरोधी पार्टी वल्लों नहीं। उस तो बाद कैप्टन अमरिंदर सिंह ने कह दिता कि नहीं धर्मसौत ने कुछ भी गलत नहीं किया है। कैप्टन अमरिंदर सिंह ने खुद आप बयान जारी करके क्लीन चिट दे दी साधु सिंह धर्मसौत नूं अते हुण साधु सिंह धर्मसौत दीआं मुश्किलां वधदीआं दिखाई दिंदीआं ने। CBI दे वल्लों दलित वजीफा घोटाले की जांच शुरू कर दी गई है जो कि पंजाब सरकार दे लई कोई चंगा संकेत नहीं कही जा सकती। 63.91 करोड़ का एक अपला दसिया जा रहा है अते CBI वल्लों जांच शुरू करन तो बाद हुण विरोधी पार्टियां पब्बा भार हुंदियां दिखाई दिंदियां ने। श्रोमणी अकाली दल का कहना है कि असीं तां पहलां ही कहा सी कैप्टन अमरिंदर सिंह जांच भी नहीं करवाउंदे बंदा जांच तां करवा लैंदा है उस तों बाद क्लीन चिट दिंदा है। कैप्टन अमरिंदर सिंह पहलां ही क्लीन चिट देण नूं तैयार बैठे हुंदे ने इल्जाम बाद च लगदा है क्लीन चिट पहलां ही दे दिंदे ने हुण पता लगेगा कि असल दे विच होया की है। कैप्टन दे मंत्री भावें कि सारे लुट रहे ने पर घट्टो घट एक दा तां हुण पर्दाफाश हो ही जाएगा यह दावा इत्थे श्रोमणी अकाली दल दे वल्लों कर दिता गया है। आम आदमी पार्टी की गल करिए विरोधी धिर के नेता हरपाल सिंह चीमा ने दोनों ही पार्टियां लपेटे दे विच लै लिया है। विरोधी धिर के नेता का कहना है कि पहला कांग्रेस पार्टी ने यह वादा किया कि अकालिया ने जिहड़े कपड़े किए ने उन्हां दा भी आके पंजाब दे लोगों को इंसाफ दवावांगे पर इन्होंने तो आप ही आके कपड़े करने शुरू कर दिते हुण जदों CBI दे वल्लों जांच शुरू कर दी गई है तो आम आदमी पार्टी भी यह दावा करती दिखाई देती है कि इहदे विच साधु सिंह धर्मसौत निश्चित ही इहदे विच दोषी पाया जाए। आम आदमी पार्टी नूं भी अजिहा लगता है पर घोटाले नूं लैके हुण कांग्रेस पार्टी की पंजाब सरकार कसूती घिरदी दिखाई दिंदी है क्योंकि जेकर इस वेले जदके चोणां आउण वालियां ने जेकर CBI की जांच दे विच साधु सिंह धर्मसौत दे खिलाफ कुछ भी पाया जांदा है तां सरकार नूं इस नाल बहुत वड्डा धक्का लग सकदा है। अगली खबर के वल वधदे आ गल पंजाब सरकार की ही कर लैने आ कैप्टन अमरिंदर सिंह ने जदों पंजाब के मुख्यमंत्री की कुर्सी सांभी सी उन्होंने अपने वादियां नूं पूरा करने लई बहुत सारिया योजनावां दा ऐलान कीता सी खास तौर पर रुजगार नूं लैके काफ़ी योजनावां दा ऐलान कैप्टन अमरिंदर सिंह दे वल्लों कीता गया सी। उन्हां दे विच शहीद भगत सिंह रुजगार सिरजन योजना भी कैप्टन अमरिंदर सिंह दे वल्लों ऐलानी गई सी पर 4 साल बाद भी अजे तक वो योजना जमीनी पद्धर ते लागू नहीं हो सकी।
ਕੀਤੀ ਹੈ ਉਸ ਦੇ ਲਈ 2.25 ਕਰੋੜ ਰੁਪਇਆ ਚਾਹੀਦਾ ਸੀ ਅਤੇ ਉਸ ਯੋਜਨਾ ਦਾ ਟੀਚਾ ਇਹ ਸੀ ਕਿ ਪੰਜਾਬ ਦੇ ਵਿੱਚ ਹਰ ਸਾਲ ਇਸ ਯੋਜਨਾ ਦੇ ਤਹਿਤ 1 ਲੱਖ ਰੁਜ਼ਗਾਰ ਪੈਦਾ ਕੀਤਾ ਜਾਵੇਗਾ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਹਰ ਸਾਲ 1 ਲੱਖ ਨੌਕਰੀ ਇਸ ਯੋਜਨਾ ਦੇ ਤਹਿਤ ਦਿੱਤੀ ਜਾਏਗੀ। ਪਰ ਅਜੇ ਤੱਕ 1 ਵੀ ਨੌਕਰੀ ਇਸ ਯੋਜਨਾ ਦੇ ਤਹਿਤ ਨਹੀਂ ਦਿੱਤੀ ਗਈ ਹੈ। ਹੁਣ ਖਬਰਾਂ ਦੇ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੂੰ 4.5 ਸਾਲਾਂ ਬਾਅਦ ਇਸ ਯੋਜਨਾ ਦੀ ਯਾਦ ਆ ਗਈ ਹੈ। ਉਹਨਾਂ ਨੇ ਪੰਜਾਬ ਦੇ ਵਿੱਤ ਵਿਭਾਗ ਦੇ ਕੋਲੋਂ ਪੁੱਛਿਆ ਹੈ ਕਿ ਇਸ ਯੋਜਨਾ ਦਾ ਕੀ ਬਣਿਆ। ਵਿੱਤ ਵਿਭਾਗ ਨੇ ਜਵਾਬ ਭੇਜਿਆ ਕਿ ਇਸ ਦੇ ਲਈ ਤਾਂ 2.25 ਕਰੋੜ ਰੁਪਇਆ ਇਕੱਠਾ ਹੀ ਨਹੀਂ ਹੋਇਆ। ਹੁਣ ਕੈਪਟਨ ਅਮਰਿੰਦਰ ਸਿੰਘ ਵਿੱਤ ਵਿਭਾਗ ਦੇ ਨਾਲ ਨਾਰਾਜ਼ ਦੱਸੇ ਜਾਂਦੇ ਨੇ ਅਤੇ ਵਿੱਤ ਵਿਭਾਗ ਨੂੰ 15 ਦਿਨਾਂ ਦੇ ਵਿੱਚ ਇਸ ਯੋਜਨਾ ਦੀ ਸਟੇਟਸ ਰਿਪੋਰਟ ਦਾਇਰ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਹਿ ਦਿੱਤਾ ਗਿਆ ਹੈ। ਹੋ ਸਕਦਾ ਹੈ ਕਿ ਆਪਣੇ ਆਖਰੀ 5 ਮਹੀਨਿਆਂ ਦੇ ਵਿੱਚ ਇਸ ਯੋਜਨਾ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਮੁੜ ਜੀਵਿਤ ਕੀਤਾ ਜਾਵੇ। ਪਰ ਫਿਲਹਾਲ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸ਼ੁਰੂ ਕੀਤੀਆਂ ਗਈਆਂ ਬਹੁਤ ਸਾਰੀਆਂ ਯੋਜਨਾਵਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਦਮ ਤੋੜਦੀਆਂ ਦਿਖਾਈ ਦਿੰਦੀਆਂ ਨੇ। ਰੁਜ਼ਗਾਰ ਨਾਲ ਸੰਬੰਧਿਤ ਉਹਨਾਂ ਦੇ ਵੱਲੋਂ ਆਪਣੀ ਗੱਡੀ ਆਪਣਾ ਰੁਜ਼ਗਾਰ ਨਾਂ ਦੀ ਯੋਜਨਾ ਵੀ ਸ਼ੁਰੂ ਕੀਤੀ ਗਈ ਸੀ। ਉਹਦੇ ਤਹਿਤ ਮੋਟਰਸਾਈਕਲਾਂ ਤੇ ਟੈਕਸੀ ਸ਼ੁਰੂ ਕੀਤੀ ਗਈ ਸੀ ਕੁਝ ਨੌਜਵਾਨਾਂ ਦੇ ਵੱਲੋਂ, ਪਰ ਉਹ ਵੀ ਠੁੱਸ ਹੋ ਕੇ ਰਹਿ ਗਈ। ਕਹਿ ਸਕਦੇ ਹਾਂ ਕਿ ਕੈਪਟਨ ਸਰਕਾਰ ਦੀਆਂ ਯੋਜਨਾਵਾਂ ਜ਼ਮੀਨੀ ਪੱਧਰ ਤੇ ਘੱਟ ਹੀ ਉਤਰਦੀਆਂ ਦਿਖਾਈ ਦਿੰਦੀਆਂ ਨੇ। ਅੱਗੇ ਵਧਦੇ ਹਾਂ, ਕੈਪਟਨ ਅਮਰਿੰਦਰ ਸਿੰਘ ਦੀ ਹੀ ਗੱਲ ਕਰ ਲੈਂਦੇ ਹਾਂ। ਉਹਨਾਂ ਦੇ ਵੱਲੋਂ ਹੁਣ ਕੇਜਰੀਵਾਲ ਨੂੰ ਟੱਕਰ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕੇਜਰੀਵਾਲ ਪੰਜਾਬ ਆਏ, ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਗਾਰੰਟੀ ਦਿੱਤੀ ਕਿ 300 ਯੂਨਿਟ ਬਿਜਲੀ ਫਰੀ ਦਿਆ ਕਰਾਂਗੇ, ਉਹ ਵੀ ਸਾਰੇ ਲੋਕਾਂ ਨੂੰ, ਕੋਈ SC BC ਨਹੀਂ, ਆਮ ਲੋਕਾਂ ਨੂੰ ਵੀ 300 ਯੂਨਿਟ ਤੱਕ ਬਿਜਲੀ ਫਰੀ ਦਿਆ ਕਰਾਂਗੇ। ਬਾਅਦ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਉਸ 300 ਨੂੰ 600 ਯੂਨਿਟ ਬਣਾ ਦਿੱਤਾ ਕਿਉਂਕਿ 2 ਮਹੀਨਿਆਂ ਦਾ ਬਿੱਲ ਆਉਂਦਾ ਹੈ। ਅਤੇ ਹੁਣ ਰਾਜਕੁਮਾਰ ਵੇਰਕਾ ਦੇ ਵੱਲੋਂ ਸੰਕੇਤ ਦਿੱਤੇ ਗਏ ਨੇ ਕਿ 300 ਯੂਨਿਟ ਬਿਜਲੀ ਫਰੀ ਸਾਰਿਆਂ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਛੇਤੀ ਹੀ ਕੀਤੀ ਜਾ ਸਕਦੀ ਹੈ। ਭਾਵ ਕੇਜਰੀਵਾਲ ਦੇ ਆਉਣ ਤੋਂ ਪਹਿਲਾਂ ਹੀ ਉਹ ਤਾਂ ਕਹਿੰਦੇ ਨੇ ਕਿ ਸੱਤਾ ਦੇ ਵਿੱਚ ਆ ਕੇ ਤੁਹਾਨੂੰ ਬਿਜਲੀ ਫਰੀ ਦੇਵਾਂਗੇ। ਹੁਣ ਕੈਪਟਨ ਸਰਕਾਰ ਆਉਣ ਤੋਂ ਪਹਿਲਾਂ ਹੀ, ਚੋਣਾਂ ਤੋਂ ਪਹਿਲਾਂ ਹੀ 300 ਯੂਨਿਟ ਪੰਜਾਬ ਦੇ ਲੋਕਾਂ ਦੀ ਬਿਜਲੀ ਫਰੀ ਕਰ ਸਕਦੀ ਹੈ। ਡਾਕਟਰ ਰਾਜਕੁਮਾਰ ਵੇਰਕਾ ਦੇ ਵੱਲੋਂ ਕਿਹਾ ਗਿਆ ਹੈ ਕਿ ਛੇਤੀ ਹੀ ਪੰਜਾਬ ਸਰਕਾਰ ਇਸ ਸੰਬੰਧੀ ਐਲਾਨ ਕਰਨ ਜਾ ਰਹੀ ਹੈ। ਇਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਟੱਕਰ ਦੇਣ ਦੀ ਤਿਆਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕੀਤੀ ਜਾ ਰਹੀ ਹੈ। ਅੱਗੇ ਵਧਦੇ ਹਾਂ, ਗੱਲ ਆਮ ਆਦਮੀ ਪਾਰਟੀ ਦੀ ਹੀ ਕਰ ਲੈਂਦੇ ਹਾਂ। ਉਹਨਾਂ ਦੇ ਵੱਲੋਂ ਲਗਾਤਾਰ ਆਪਣੇ ਹਲਕਾ ਇੰਚਾਰਜਾਂ ਦਾ ਐਲਾਨ ਕੀਤਾ ਜਾ ਰਿਹਾ ਹੈ, ਪਰ ਉਹੀ ਗਲਤੀ ਆਮ ਆਦਮੀ ਪਾਰਟੀ ਦੁਬਾਰਾ ਦੁਹਰਾ ਰਹੀ ਹੈ ਜਿਹੜੀ ਕਿ ਉਸਨੇ 2017 ਦੇ ਵਿੱਚ ਕੀਤੀ ਸੀ। 2017 ਦੇ ਵਿੱਚ ਉਹਨਾਂ ਨੇ ਵੱਖ ਵੱਖ ਦੂਜੀਆਂ ਪਾਰਟੀਆਂ ਤੋਂ ਆਏ ਲੀਡਰਾਂ ਨੂੰ ਟਿਕਟਾਂ ਦੇ ਦਿੱਤੀਆਂ ਸਨ, ਜਿਸ ਦੇ ਨਾਲ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਸੀ ਅਤੇ ਇਸ ਵਾਰ ਵੀ ਅਜਿਹੇ ਕੁਝ ਕਰਦੀ ਆਮ ਆਦਮੀ ਪਾਰਟੀ ਦਿਖਾਈ ਦਿੰਦੀ ਹੈ। ਹੁਣ 10 ਨਵੇਂ ਹਲਕਾ ਇੰਚਾਰਜ ਲਾਏ ਗਏ ਨੇ ਜਿਨ੍ਹਾਂ ਨੂੰ ਕਿ ਲਗਭਗ 90% ਸੰਭਾਵੀ ਉਮੀਦਵਾਰ ਮੰਨਿਆ ਜਾ ਸਕਦਾ ਹੈ ਉਹਨਾਂ ਹਲਕਿਆਂ ਤੋਂ ਜਿਨ੍ਹਾਂ ਹਲਕਿਆਂ ਦੇ ਵਿੱਚ ਇਹਨਾਂ ਨੂੰ ਹਲਕਾ ਇੰਚਾਰਜ ਲਾਇਆ ਗਿਆ ਹੈ। ਅਤੇ ਇਹਨਾਂ ਹਲਕਾ ਇੰਚਾਰਜਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਜ਼ਿਆਦਾਤਰ ਲੀਡਰ ਉਹੀ ਸ਼ਾਮਲ ਕੀਤੇ ਗਏ ਨੇ ਜਿਹੜੇ ਕਿ ਦੂਜੀਆਂ ਪਾਰਟੀਆਂ ਤੋਂ ਹੁਣੇ ਹੁਣੇ ਹੀ ਆਮ ਆਦਮੀ ਪਾਰਟੀ ਵਿੱਚ ਆਏ ਨੇ। ਜੇਕਰ ਇਸ ਲਿਸਟ ਦੀ ਗੱਲ ਕਰੀਏ ਤਾਂ ਇਸ ਲਿਸਟ ਦੇ ਵਿੱਚ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਸ਼ਾਹਕੋਟ ਹਲਕੇ ਦਾ, ਜਿੱਥੋਂ ਕਿ ਰਤਨ ਸਿੰਘ ਕਾਕੜ ਕਲਾਂ ਨੂੰ ਹਲਕਾ ਇੰਚਾਰਜ ਲਾਇਆ ਗਿਆ ਹੈ। 2018 ਦੇ ਵਿੱਚ ਸ਼ਾਹਕੋਟ ਦੀ ਉਪ ਚੋਣ ਹੋਈ ਸੀ, ਉਦੋਂ ਰਤਨ ਸਿੰਘ ਕਾਕੜ ਕਲਾਂ ਨੂੰ ਸਿਰਫ 1900 ਵੋਟ ਪਈ ਸੀ, 2000 ਵੋਟ ਵੀ ਨਹੀਂ ਪਈ ਸੀ MLA ਦੀ ਚੋਣ ਦੇ ਵਿੱਚ। ਦੂਜਾ ਹਲਕਾ ਇੰਚਾਰਜ ਲਾਇਆ ਗਿਆ ਰਾਮਪੁਰਾ ਫੂਲ ਤੋਂ ਬਲਕਾਰ ਸਿੱਧੂ ਨੂੰ, ਇਹ ਕਾਂਗਰਸ ਪਾਰਟੀ ਤੋਂ ਆਏ ਨੇ ਆਮ ਆਦਮੀ ਪਾਰਟੀ ਦੇ ਵਿੱਚ। ਲੁਧਿਆਣਾ ਪੂਰਬੀ ਤੋਂ ਲਾਇਆ ਗਿਆ ਹੈ ਦਲਜੀਤ ਸਿੰਘ ਭੋਲਾ ਗਰੇਵਾਲ ਨੂੰ, ਇਹ ਵੀ ਕਾਂਗਰਸ ਪਾਰਟੀ ਤੋਂ ਆਮ ਆਦਮੀ ਪਾਰਟੀ ਵਿੱਚ ਆਏ ਨੇ। ਲੁਧਿਆਣਾ ਉੱਤਰ ਦੀ ਗੱਲ ਕਰੀਏ, ਉੱਥੋਂ ਮਦਨ ਲਾਲ ਬੱਗਾ ਨੂੰ ਲਾਇਆ ਗਿਆ, ਇਹ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਏ ਨੇ। ਧਰਮਕੋਟ ਤੋਂ ਲਾਇਆ ਗਿਆ ਹੈ ਦਵਿੰਦਰ ਸਿੰਘ ਲਾਡੀ ਢੋਸ ਨੂੰ, ਅਤੇ ਸੁਲਤਾਨਪੁਰ ਲੋਧੀ ਤੋਂ ਸੱਜਣ ਸਿੰਘ ਚੀਮਾ ਨੂੰ ਲਾਇਆ ਗਿਆ ਹੈ, ਇਹ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਛੱਡ ਕੇ ਆਏ ਨੇ। ਸਰਦੂਲਗੜ੍ਹ ਦੀ ਗੱਲ ਕਰੀਏ ਤਾਂ ਗੁਰਪ੍ਰੀਤ ਬਣਾਵਾਲੀ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਏ ਨੇ। ਫਾਜ਼ਿਲਕਾ ਤੋਂ ਸਮਰਬੀਰ ਸਿੱਧੂ ਨੂੰ ਹਲਕਾ ਇੰਚਾਰਜ ਲਾਇਆ ਗਿਆ ਹੈ, ਅਤੇ ਲੰਬੀ ਤੋਂ ਗੁਰਮੀਤ ਸਿੰਘ ਖੁੱਡੀਆਂ ਨੂੰ ਹਲਕਾ ਇੰਚਾਰਜ ਲਾਇਆ ਗਿਆ। ਗੁਰਮੀਤ ਸਿੰਘ ਖੁੱਡੀਆਂ 1 ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਵਿੱਚ ਆਏ ਨੇ ਅਤੇ ਅੱਜ ਹੀ ਉਹਨਾਂ ਨੂੰ ਲੰਬੀ ਤੋਂ ਹਲਕਾ ਇੰਚਾਰਜ ਲਾ ਦਿੱਤਾ ਗਿਆ ਹੈ। ਮਤਲਬ ਲੰਬੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਹੋ ਸਕਦੇ ਨੇ। 2022 ਦੀਆਂ ਚੋਣਾਂ ਤੋਂ ਪਹਿਲਾਂ ਇਹ ਲੋਕ ਆਮ ਆਦਮੀ ਪਾਰਟੀ ਵਿੱਚ ਆਏ ਨੇ ਅਤੇ ਇਹਨਾਂ ਨੂੰ ਆਪਣੇ ਲਗਭਗ ਵਿਧਾਨ ਸਭਾ ਚੋਣਾਂ ਦੀਆਂ ਟਿਕਟਾਂ ਦੇ ਦਿੱਤੀਆਂ ਨੇ। ਜਿਹੜੇ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਵੱਲੋਂ ਲਏ ਗਏ ਨੇ, ਇਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ, ਤੁਹਾਡੀ ਕਿਰਾਏ ਹੈ?
ठीक लाए ने जां फिर गलत लाए ने जां फिर मुड़ विचार करना चाहिए। जो भी तुहाडी राय है कमेंट करके अपनी राय जरूर दिओ। ये कुछ वो जानकारी कुछ वो खबर जो तुहाडे तक पहुँचाउणियां बहुत जरूरी सन। इन्हां खबरों विचों किसी खबर बारे जां फिर पंजाबी प्राइम टाइम बारे तुहाडी कोई भी राय जां सुझाव है तां कमेंट करके अपनी राय जरूर दिओ। चैनल नूं सबसक्राइब कर लो, फेसबुक ते पेज लाइक कर लो। मैं जज सिंह चाहल अगली बार फिर हाजर होवांगा। तुसीं देखदे रहो द पंजाब टीवी, हर खबर दा सच।